ਜੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅੱਜ ਤੋਂ ਪ੍ਰਾਪਤਨ ਕਿਸੇ ਇਮਾਰਤ ਨੂੰ ਢਾ ਲਾਉਣਗੇ ਜਿੱਦੇ ਸਾਡੀ ਇਮਾਰਤ ਦੀ ਇੱਕ ਕੰਧ ਵੀ ਢਹਿ ਗਈ ਉੱਥੇ ਬਾਬਾ ਕਸ਼ਮੀਰ ਸਿੰਘ ਢਹਿ ਰਿਹਾ ਇਹ ਸੁਣੋ ਸਭਜਨ ਇਹ ਸੁਣੋ ਸਭਜਨ ਬਾਬਾ ਕਸ਼ਮੀਰ ਸਿੰਘ ਸਾਨੂੰ ਥੱਲੋਂ ਖੋਖਲਾ ਕਰ ਰਿਹਾ ਵਾ ਗਵਰਨਮੈਂਟ ਸਾਡਾ ਸਾਥ ਦੇਣ ਦੀ ਬਜਾਏ ਉਹ ਸਾਡੀ ਜੋ ਸਾਡੀ ਪ੍ਰੋਪਰਟੀ ਆ ਅਮੀਰੀ ਆ ਜਿੱਥੋਂ ਅਸੀਂ ਆਮਦਨ ਲੈਣੀ ਆ ਉਹ ਖਤਮ ਕਰ ਰਹੇ ਹਾਂ ਜੇ ਅਸੀਂ ਆਪਦੀ ਜ਼ਮੀਨਾਂ ਖਾਤਰ ਲਾਲ ਕਿਲ੍ਹੇ 'ਤੇ ਚੜ੍ਹ ਸਕਦੇ ਹਾਂ ਅਤੇ ਉਹ ਇੱਕ ਗੌਰਮੈਂਟ ਦਾ ਕਿਲ੍ਹਾ ਮੰਨਦੇ ਹਾਂ ਹਾਲਾਂਕਿ ਉਹ ਵੀ ਖਾਲਸੇ ਦਾ ਹੀ ਆ ਹਾਲਾਂਕਿ ਉਹ ਵੀ ਖਾਲਸੇ ਦਾ ਹੀ ਆ ਮੈਂ ਤਾਂ ਫਤਿਹ ਹੀ ਬੁਲਾਉਣੀ ਸੀਗੀ ਸੁਣੋ ਸਾਰਿਆਂ ਨੂੰ ਅਸੀਂ ਤਾਂ ਜੀ ਨੌਜਵਾਨ ਜਿਹੜੇ ਹੁਣ ਉੱਠੇ ਆ ਨਵੇਂ ਅਤੇ ਅਸੀਂ ਤੁਹਾਨੂੰ ਅਸੀਂ ਇਹ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਨਾ ਕਿਸੇ ਸ਼੍ਰੋਮਣੀ ਕਮੇਟੀ ਦਾ ਨਾ ਕੋਈ ਗੌਰਮੈਂਟ ਦਾ ਨਾ ਕੋਈ ਕਿਸੇ ਅਫਸਰ ਦਾ ਅਸੀਂ ਤਾਂ ਤੁਹਾਨੂੰ ਜਿਉਂਦੇ ਜਾਗਦੇ ਜਵਾਨ ਦਿੰਦੇ ਹਾਂ ਵੀ ਅੱਜ ਤੋਂ ਬਾਅਦ ਜੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਇਹ ਰਿਕਾਰਡ ਆ ਅਸੀਂ ਝੂਠ ਨਹੀਂ ਬੋਲਦੇਗੇ ਜੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅੱਜ ਤੋਂ ਪ੍ਰਾਪਤਨ ਕਿਸੇ ਇਮਾਰਤ ਨੂੰ ਢਾ ਲਾਉਣਗੇ ਤਾਂ ਅਸੀਂ ਤੁਹਾਨੂੰ ਬਚਣ ਦਿੰਦੇ ਹਾਂ ਮਹਾਰਾਜ ਨੂੰ ਹਾਜ਼ਰ ਨਾ ਜੇ ਸਮਝਦੇ ਸਾਡੇ ਜੋ ਵੀ ਸਿੰਘ ਆ ਜਿੰਨੇ ਵੀ ਆ ਚਾਹੇ ਅਸੀਂ 10,000 ਆ ਚਾਹੇ 15,000 ਆ ਕਿਤੇ ਵੀ ਬੈਠੇ ਹਾਂ ਜਿੱਦੇ ਸਾਡੀ ਇਮਾਰਤ ਦੀ ਇੱਕ ਕੰਧ ਵੀ ਢਹਿ ਗਈ ਉੱਦੇ ਬਾਬਾ ਕਸ਼ਮੀਰ ਸਿੰਘ ਢਹਿ ਰਿਹਾ ਇਹ ਤੁਹਾਨੂੰ ਅਸੀਂ ਬਚਣ ਦਿੰਦੇ ਅਸੀਂ ਸਭ ਜਥੇਬੰਦੀਆਂ ਦੇ ਮੁਖੀਆਂ ਦਾ ਜਾਂ ਬਾਬਿਆਂ ਦਾ ਕਾਰਸੇਵਾਣਾ ਦੇ ਵਿਰੋਧ ਨਹੀਂ ਕਰਦੇ ਅਸੀਂ ਉਹਨਾਂ ਨੂੰ ਸਤਿਕਾਰ ਕਰਦੇ ਹਾਂ ਮੰਨਣ ਯੋਗ ਨੇ ਸਾਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਬਜ਼ੁਰਗ ਨੇ ਪਰ ਦੋ ਚੀਜ਼ਾਂ ਹੁੰਦੀਆਂ ਸਾਡੇ ਕੋਲ ਅਮੀਰੀ ਵੀ ਆ ਅਤੇ ਜ਼ਮੀਰੀ ਵੀ ਆ ਅਮੀਰੀ ਸਾਡਾ ਜੋ ਅਸੀਂ ਖਾਂਦੇ ਪੀਂਦੇ ਹਾਂ ਜਾਂ ਧਨ ਦੌਲਤ ਆ ਜ਼ਮੀਰ ਜੋ ਸਾਡੇ ਅਸੀਂ ਆਪਦੀ ਧਰਮ ਹੇਤ ਸਹੀ ਲੜਦੇ ਹਾਂ ਅਮੀਰੀ ਸਾਡੀ ਗੌਰਮੈਂਟ ਨੇ ਖਤਮ ਕਰਤੀ ਇਸ ਕਰਕੇ ਅਸੀਂ ਦਿੱਲੀ ਬੈਠੇ ਹਾਂ ਜ਼ਮੀਰ ਸਾਡੀ ਸਾਡੇ ਗੁਰੂ ਨੇ ਸਾਡੀ ਜੜ੍ਹਾਂ ਨੇ ਇਹ ਅਤੇ ਜੜ੍ਹਾਂ ਖਤਮ ਕਰਤੀਆਂ ਇਹਨਾਂ ਨੇ ਜਥੇਬਦਾਰਾਂ ਨਹੀਂ ਕਹਿ ਸਕਦੇ ਅਸੀਂ ਜਾਂ ਬਾਬਾ ਕਸ਼ਮੀਰ ਸਿੰਘ ਨੇ ਬਾਬਾ ਕਸ਼ਮੀਰ ਸਿੰਘ ਸਾਨੂੰ ਥੱਲਿਓਂ ਖੋਖਲਾ ਕਰ ਰਿਹਾ ਵਾ ਇੱਕ ਕਾਰ ਸੇਵਾ ਦੇ ਨਾਂ 'ਤੇ ਅਤੇ ਗੌਰਮੈਂਟ ਸਾਡਾ ਸਾਥ ਦੇਣ ਦੀ ਬਜਾਏ ਉਹ ਸਾਡੀ ਜੋ ਸਾਡੀ ਪ੍ਰੋਪਰਟੀ ਆ ਅਮੀਰੀ ਆ ਜਿੱਥੋਂ ਅਸੀਂ ਆਮਦਨ ਲੈਣੀ ਆ ਉਹ ਖਤਮ ਕਰ ਰਹੇ ਹਾਂ ਅਤੇ ਸੰਗਤ ਅਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਪਾਰਟੀਆਂ ਨੂੰ ਜਾਤਾਂ ਪਾਤਾਂ ਨੂੰ ਪਰਾਂ ਰੱਖ ਕੇ ਭਾਈ ਬਲਦੇਵ ਸਿੰਘ ਜੀ ਵਡਾਲਾ ਆਪਾਂ ਨੂੰ ਪ੍ਰੋਗਰਾਮ ਦੇਣਗੇ ਅਤੇ ਆਪਾਂ ਉੱਥੇ ਇਕੱਠੇ ਹੋਈਏ ਅਸੀਂ ਉਹ ਇਕੱਠ 'ਤੇ ਆਪਣੇ ਸੁਝਾਅ ਦੇਣੇ ਅਸੀਂ ਕਿਸੇ DC ਦਾ ਘਰਾਓ ਨਹੀਂ ਕਰਨਾ ਅਸੀਂ ਸ਼੍ਰੋਮਣੀ ਕਮੇਟੀ ਦਾ ਘਰਾਓ ਨਹੀਂ ਕਰਨਾ ਦੇਖੋ ਜੇ ਅਸੀਂ ਆਪਦੀ ਜ਼ਮੀਨਾਂ ਖਾਤਰ ਲਾਲ ਕਿਲ੍ਹੇ 'ਤੇ ਚੜ੍ਹ ਸਕਦੇ ਹਾਂ ਅਤੇ ਉਹ ਇੱਕ ਗੌਰਮੈਂਟ ਦਾ ਕਿਲ੍ਹਾ ਮੰਨਦੇ ਹਾਂ ਹਾਲਾਂਕਿ ਉਹ ਵੀ ਖਾਲਸੇ ਦਾ ਹੀ ਆ ਜਿੱਤਿਆ ਹੋਇਆ ਵਾ ਅਸੀਂ ਹਾਰ ਕੇ ਨਹੀਂ ਆਏ ਗਏ ਉਹ ਤਾਂ ਇਹਨਾਂ ਨੇ ਵੇਚਿਆ ਨਾ ਅਤੇ ਅਸੀਂ ਆਪਦੇ ਘਰ ਕਿਉਂ ਨਹੀਂ ਵੜ ਸਕਦੇ ਗੇ ਜਿੰਨਾ ਇਕੱਠ ਕਰਕੇ ਤੁਸੀਂ ਲਾਲ ਕਿਲ੍ਹੇ 'ਤੇ ਚੜ੍ਹੇ ਸੀ ਅਤੇ ਉਨਾ ਇਕੱਠ ਕਰਕੇ ਜੇ ਤੁਸੀਂ ਆਓ ਤਾਂ ਆਪਾਂ ਆਪਣੀਆਂ ਸੁਰੰਗਾਂ ਪੱਟ ਕੇ ਆਪ ਦੇਖੀਏ ਉਹ ਹੈ ਕੀ ਆ ਅਤੇ ਅਸੀਂ ਉਹਨਾਂ ਨੂੰ ਸਾਂਭੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਅਸੀਂ ਸਿੱਖ ਹੈਗੇ ਹਾਂ ਨਹੀਂ ਤਾਂ ਸਾਡੀਆਂ ਜ਼ਮੀਨਾਂ ਵੀ ਗਈਆਂ ਅਤੇ ਸਾਡਾ ਧਰਮ ਵੀ ਗਿਆ ਧਰਮ ਨੂੰ ਤਾਂ ਅੱਗ ਲਾਤੀ ਹੈ ਨਾ ਉਹਨਾਂ ਨੇ ਤੇਲ ਪਾ ਕੇ ਤੁਸੀਂ ਕਹਿੰਦੇ ਅਸੀਂ ਸਿੱਖ ਹਾਂ ਮੰਨ ਲਓ ਸਿੱਖ ਹੈਗੇ ਹਾਂ ਅਸੀਂ ਉਹਨੂੰ ਕਿਉਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਸਾਡੇ ਗੁਰੂ ਨੇ ਅਸੀਂ ਗੁਰੂਆਂ ਖਾਤਰ ਧਰਨਾ ਲਾਈ ਜਾਈਏ ਇਹ ਵੀ ਚੰਗਾ ਨਹੀਂ ਨਾ ਜੇ ਸਾਡਾ ਪਿਓ ਆ ਮੇਰੇ ਪਿਓ ਜੀ ਨੇ ਮੰਨ ਲਓ ਮੇਰੇ ਪਿਤਾ ਜੀ ਨੇ ਕਹਿੰਦੇ ਵੀ ਮੈਨੂੰ ਇਨਸਾਫ ਚਾਹੀਦਾ ਨਹੀਂ ਜੇ ਮੈਂ ਇਹਨਾਂ ਦਾ ਬੱਚਾ ਤਾਂ ਮੈਨੂੰ ਹੱਕ ਲੈ ਲੈਣਾ ਚਾਹੀਦਾ ਅਤੇ ਹੱਕ ਤਾਂ ਫਿਰ 51 ਮੋੜਨੇ ਪੈਂਦੇ ਆ ਕਿ ਨਹੀਂ ਤੇਲ ਪਾ ਕੇ ਅੱਗ ਲਾਉਣੀ ਚਾਹੀਦੀ ਆ ਪਰ ਉਹ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਉਨਾ ਚਿਰ ਨਹੀਂ ਬਜ਼ੁਰਗਾਂ ਨੂੰ ਕਹਿੰਦਾ ਵਾ ਤੂੰ ਤੁਹਾਡੇ ਕੋਲ ਇਤਿਹਾਸ ਆ ਤੁਹਾਨੂੰ ਜਾਣਕਾਰੀ ਆ ਸਾਨੂੰ ਦੱਸੋ ਅਤੇ ਨੌਜਵਾਨਾਂ ਨੂੰ ਕਹਿੰਦਾ ਵਾ ਅਤੇ ਯਕੀਨ ਕਰੋ ਅਤੇ ਤੁਰੀਏ ਆਪਾਂ ਅਤੇ ਅਸੀਂ ਬਸ ਲਾਸਟ 'ਚ ਇਹੀ ਬੇਨਤੀ ਕਰਨੀ ਮੈਂ ਤਾਂ ਫਤਿਹ ਹੀ ਬੁਲਾਉਣੀ ਸੀਗੀ ਵੀ ਜੋ ਇਕੱਠ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਕਹਿਣਗੇ ਉੱਥੇ ਸਾਰੇ ਪਹੁੰਚੋ ਜੋ ਹੋਇਆ ਜੋ ਸਰਿਆ ਅਸੀਂ ਕਰਾਂਗੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਾਰ ਸੇਵਾ ਸੰਗਤ ਦੀ ਹੁੰਦੀ ਹੈ ਕਿਸੇ ਬੰਦੇ ਦੀ ਨਹੀਂ ਹੁੰਦੀ ਗੀ ਜੇ ਕਾਰ ਸੇਵਾ ਉਹ ਕਰਨੀ ਚਾਹੁੰਦੇ ਆ ਅਤੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਟਰੱਕ ਭਰ ਕੇ ਤੁਸੀਂ ਤਸਲੇ ਆਪਦੇ ਬੱਠਲ ਲੈ ਕੇ ਅਤੇ ਕਹੀਆਂ ਲੈ ਕੇ ਆਓ ਸਰਕਾਰ ਦਾ ਤਾਂ ਹਿੰਮਤ ਹੀ ਹੈਣੀ ਉਹ ਰੋਕ ਜੇ ਇੱਥੇ ਆਓ ਤਾਂ ਅਸੀਂ ਇਕੱਲਾ ਬੰਦਾ ਨਹੀਂ ਕੁਛ ਕਰ ਸਕਦਾ ਇਕੱਲੇ ਤਾਂ ਅਸੀਂ ਹੈਗੇ ਹਾਂ ਭਾਈ ਮਰ ਜਾਂਗੇ ਹੋਰ ਕੀ ਹੋ ਜੂਗਾ ਪਰ ਜੇ ਤੁਸੀਂ ਸਾਡੇ ਪਿੱਛੇ ਨਹੀਂ ਖੜਦੇ ਅੱਜ ਸਟੈਂਡ ਨਹੀਂ ਲੈਂਦੇ ਗੇ ਅਤੇ ਫਿਰ ਇਹ ਤਾਂ ਢਹਿ ਗਿਆ ਅੱਜ ਉਹ ਖੋਖਲਾ ਹੋ ਗਿਆ ਅਤੇ ਦਰਬਾਰ ਸਾਹਿਬ ਨੂੰ ਤੁਸੀਂ ਭੁੱਲ ਜਾਓ ਮੇਰੇ ਹਿਸਾਬ ਨਾਲ 20 ਸਾਲ ਹੋਰ ਲੱਗਣਗੇ ਇਹਨਾਂ ਨੇ ਇੱਥੇ ਪੋਸਟਰ ਲਾ ਦੇਣੇ ਵੀ ਇਹ ਤਾਂ ਹਿੰਦੂਆਂ ਦਾ ਮੰਦਿਰ ਆ ਤਰੀਕ ਅਸੀਂ ਜਲਦੀ ਅਨਾਊਂਸ ਕਰਾਂਗੇ ਕਮੇਟੀ ਬੈਠੂਗੀ
वह अनाउंसमेंट करूगी तो असी सोशल मीडिया से इस चीज़ में वायरल करा तो उस पर पहुँचना वा तो आयो उ बाबा दीप सिंह वाली लीह खिंची जाऊगी सुन वाले ना आयो करन वाले आयो ठीक है इस करके तरीक देवे तो तरीक तो पहुंचे उ जे किसी ने कुछ करना वा तो जे किसी ने दूरों वेखना तो मेरा भीर ना ही आयो लाल किले तो जाने तो पहले भी स्पीच स्टेज पर सिंघू तो बार्डर से यही दी सी भी खप्पण बन के आयो नहीं ना आयो तो उत्थे गेड़ा कढ के मुड़े कोई फायदा नहीं की मिले।